ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਸਵੀਟੀ ਦੇ ਸੂਟਾਂ 'ਤੇ। ਅੱਜ ਅਸੀਂ ਤੁਹਾਡੇ ਵਾਸਤੇ ਕੁਛ ਅਲੱਗ ਜਿਹੀ ਵਰਾਇਟੀ ਲੈ ਕੇ ਆਏ ਹਾਂ। ਓਨਲੀ ਸ਼ਰਟਸ ਨੇ ਜਿਹੜੀਆਂ ਵੀ, ਜੇ ਤੁਹਾਨੂੰ ਪਸੰਦ ਹੈ ਪ੍ਰਿੰਟਡ ਸ਼ਰਟਾਂ ਨੇ, ਅਤੇ ਜੇ ਤੁਸੀਂ ਇਹਨਾਂ ਦੇ ਨਾਲ ਕੋਈ ਲੈਗਿੰਗ ਲਗਾਉਣੀ ਹੈ ਜਾਂ ਕੋਈ ਸਲਵਾਰ ਲਗਵਾਉਣੀ ਹੈ ਉਹ ਤੁਸੀਂ ਦੱਸ ਸਕਦੇ ਹੋ। ਥੋੜ੍ਹਾ ਜਿਹਾ ਮੌਸਮ ਦੇ ਚੇਂਜ ਮੁਤਾਬਕ ਹੈ। ਅਤੇ ਜਿਹੜੀਆਂ ਇਹ ਸ਼ਰਟ ਹੈਗੀ, ਪਹਿਲੀ ਇਹ ਮਹਿੰਦੀ ਗ੍ਰੀਨ ਕਲਰ ਦੀ ਸ਼ਰਟ ਹੈ ਜੀ, ਖਾਦੀ ਕੋਟਨ ਜੀ ਹੈ। ਇਹਦੇ 'ਤੇ ਨਾ ਇੱਕ ਪੀਕੋਕ ਬਣਿਆ ਹੋਇਆ ਜਿਹੜਾ ਭੱਜੂ ਭੱਜੂ ਕਰਦਾ। ਅਤੇ ਦੇਖੋ ਤੁਸੀਂ, ਅਤੇ ਸਕਰੀਨਸ਼ੋਟ ਲੈ ਕੇ ਮੈਨੂੰ ਇਹਦੇ ਬਾਰੇ ਪੁੱਛ ਸਕਦੇ ਹੋ। ਜੇ ਤੁਹਾਨੂੰ ਇੱਦਾਂ ਦੀਆਂ ਚੀਜ਼ਾਂ ਹੋਰ ਚਾਹੀਦੀਆਂ ਹੋਈਆਂ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਓ, ਫਿਰ ਅਸੀਂ ਤੁਹਾਡੇ ਵਾਸਤੇ ਹੋਰ ਵਰਾਇਟੀ ਵੀ ਲੈ ਕੇ ਹਾਜ਼ਰ ਹੋ ਜਾਂਦੇ। ਜਿਹੜਾ ਪੀਕੋਕ ਵਾਲਾ ਤੁਹਾਨੂੰ ਮੈਂ ਗ੍ਰੀਨ ਕਲਰ 'ਚ ਦਿਖਾਇਆ ਸੀ, ਇੱਕ ਇਹ ਪਿੰਕ ਕਲਰ ਦੇ ਵਿੱਚ ਹੈ ਜੀ। ਅਸੀਂ ਦੋ ਇਹ ਸ਼ਰਟਾਂ ਤੁਹਾਨੂੰ ਦਿਖਾ ਰਹੇ ਹਾਂ। ਅਤੇ ਖੁੱਲ੍ਹੇ ਡੁੱਲੇ ਕੱਪੜੇ ਨੇ, ਕੋਈ ਚਾਹੇ ਤੁਸੀਂ ਪਾਕਿਸਤਾਨੀ ਸਟਾਈਲ ਦਾ ਬਣਾਓ, ਚਾਹੇ ਕੁੜਤੀ ਬਣਾਓ, ਲੌਂਗ ਬਣਾਓ, ਸ਼ੋਰਟ ਬਣਾਓ, ਉਹ ਤੁਹਾਡੀ ਪਸੰਦ ਹੈ। ਅਤੇ ਅਸੀਂ ਦੋ ਇਸ ਟਾਈਪ ਦੇ ਲੈ ਕੇ ਆਏ ਹਾਂ ਜੀ। ਅਤੇ ਜਿਹੜਾ ਮੈਂ ਤੀਸਰਾ ਹੋਰ ਦਿਖਾ ਰਹੀ ਹਾਂ, ਉਹਦੇ ਵਿੱਚ ਵੀ ਸਾਡੇ ਕੋਲ ਇੱਕੋ ਕਲਰ ਹੈ, ਉਹ ਸਟਿਚਡ ਹੈ। ਇਹ ਕੁੜਤੀ ਟਾਈਪ ਹੈ, ਪਾਕਿਸਤਾਨੀ ਸਟਾਈਲ ਹੈ ਜੀ ਇਹਦਾ। ਇਹਦੀ ਬਾਜੂ ਹੈ ਅਤੇ ਇੱਥੇ ਘੇਰੇ 'ਤੇ ਇਹਦੇ ਉੱਪਰ ਵਰਕ ਕਰਿਆ ਹੋਇਆ, ਨੀਚਿਓ ਪਲੇਨ ਹੈ। ਜੇ ਤੁਹਾਨੂੰ ਇਹ ਪਸੰਦ ਹੈ ਤੁਸੀਂ ਇਹਦਾ ਸਕਰੀਨਸ਼ੋਟ ਲੈ ਸਕਦੇ ਹੋ। ਜੇ ਤੁਹਾਨੂੰ ਇੱਦਾਂ ਦੇ ਹੋਰ ਚਾਹੀਦੇ ਹੋਏ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ, ਫਿਰ ਅਸੀਂ ਤੁਹਾਡੇ ਵਾਸਤੇ ਇੱਦਾਂ ਦੀ ਵੀ ਅਲੱਗ ਅਲੱਗ ਟਾਈਪ ਦੀ ਹੋਰ ਵਰਾਇਟੀ ਲੈ ਕੇ ਆਵਾਂਗੇ। ਇਹ ਕੌਫੀ ਸ਼ੇਡ ਹੈ ਜੀ, ਬਹੁਤ ਹੀ ਸੋਹਣਾ ਸ਼ੇਡ ਹੈ। ਅਤੇ ਜਿਹੜਾ ਅਗਲਾ ਹੈਗਾ ਜੀ, ਇਹ ਵੀ ਸ਼ਰਟ ਹੀ ਹੈ। ਇਹ ਬਹੁਤ ਹੀ ਸੋਹਣਾ ਕੱਪੜਾ ਅਤੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਇਹਦੇ 'ਤੇ। ਇਹ ਜਿਵੇਂ ਆਪਣਾ ਫਰੋਕਸ ਦੇ ਉੱਤੇ ਜੌਕ ਬਣਿਆ ਹੁੰਦਾ, ਇਹਦੇ ਐਵੇਂ ਬਣਿਆ ਹੋਇਆ ਜੀ। ਆਹ ਗਲੇ ਦਾ ਪ੍ਰਿੰਟ ਹੈ, ਇਹ ਪ੍ਰਿੰਟ ਹੈ, ਵੇਖਣ ਨੂੰ ਆਪਾਂ ਨੂੰ ਐਵੇਂ ਲੱਗਦਾ ਜਿਵੇਂ ਵਰਕ ਕਰਿਆ ਹੁੰਦਾ, ਪਰ ਇਹ ਪ੍ਰਿੰਟ ਹੈ। ਇਹਦੀ ਬੈਕ ਵੀ ਐਵੇਂ ਹੀ ਹੈ ਜੀ, ਬੈਕ ਦੇ ਉੱਤੇ ਵੀ ਹੈਗਾ, ਆਹ ਬਾਜ਼ੂ ਆਉਂਦੀਆਂ। ਅਤੇ ਬਹੁਤ ਹੀ ਸੋਹਣਾ ਅਤੇ ਪਿਆਰਾ ਜਿਹਾ ਕਲਰ ਹੈ, ਦੂਰੋਂ ਤਾਂ ਵੇਖਣ ਨੂੰ ਐਂ ਲੱਗਦਾ ਜਿਵੇਂ ਵਰਕ ਕਰਿਆ ਹੁੰਦਾ। ਅਤੇ ਇਹਨੂੰ ਆਪਾਂ ਲੌਂਗ ਕੁੜਤਾ ਟਾਈਪ ਵੀ ਬਣਾ ਸਕਦੇ ਹਾਂ। ਇਹਦੇ ਵਿੱਚ ਦੂਜਾ ਕਲਰ ਹੈ ਜੀ, ਕਰੀਮ ਕਲਰ ਹੈ, ਬਹੁਤ ਹੀ ਸੋਹਣਾ ਅਤੇ ਕੋਂਬੀਨੇਸ਼ਨ ਵੀ ਬਹੁਤ ਹੀ ਸੋਹਣਾ ਹੈ। ਦੂਸਰਾ ਕਲਰ ਇਹ ਵਾਲਾ ਜੀ। ਇਹ ਜਿਹੜੇ ਮੈਂ ਤੁਹਾਨੂੰ ਚਾਰੇ ਪੰਜੇ ਦਿਖਾਏ ਨੇ ਕੁੜਤੀ ਟਾਈਪ ਬਣਦੇ ਨੇ, ਇਹਨਾਂ ਦੇ ਰੇਟ ਵੀ ਨਾ ਬਹੁਤ ਹੀ ਜਾਇਜ਼ ਰੀਜ਼ਨੇਬਲ ਹੈ। ਅਤੇ ਤੁਸੀਂ ਮੈਨੂੰ ਵਟਸਐਪ 'ਤੇ ਮੈਸੇਜ ਕਰਕੇ ਪੁੱਛ ਸਕਦੇ ਹੋ। ਅਤੇ ਮੈਨੂੰ ਉਮੀਦ ਹੈ ਵੀ ਜਿਹੜੇ ਇਹ ਵਾਲਾ ਚੀਜ਼ ਵੀ ਜਿਹੜੀ ਮੈਂ ਅਲੱਗ ਜਿਹੀ ਵਰਾਇਟੀ ਲੈ ਕੇ ਆਈ ਹਾਂ ਤੁਹਾਡੇ ਵਾਸਤੇ, ਤੁਹਾਨੂੰ ਪਸੰਦ ਆਈ ਹੋਊਗੀ। ਇੰਨਾ ਕਹਿੰਦੀ ਹੋਈ ਮੈਂ ਤੁਹਾਡਾ ਥੈਂਕ ਯੂ ਕਰਦੀ।